ਅੱਛਾ ਜਦੋਂ ਇਹ ਚਰਚਾਵਾਂ ਚੱਲ ਪਈਆਂ ਸੀ ਸਦੀਕ ਸਾਹਿਬ ਕਿ ਸ਼ਾਇਦ ਤੁਹਾਨੂੰ ਟਿਕਟ ਨਹੀਂ ਮਿਲੇਗੀ ਕਿਸੇ ਹੋਰ ਨੂੰ ਕੁਝ ਦਿਨ ਪਹਿਲਾਂ ਇਸ ਦੀਆਂ ਚਰਚਾਵਾਂ ਚੱਲ ਪਈਆਂ ਸੀ ਉਸ ਤੋਂ ਬਾਅਦ ਟਿਕਟ ਅਨਾਉਂਸ ਵੀ ਹੋ ਗਈ ਕਿਸੇ ਹੋਰ ਦੀ ਹਾਂਜੀ ਤੁਹਾਨੂੰ ਪਹਿਲਾਂ ਜਾਂ ਬਾਅਦ ਚ ਅਪਰੋਚ ਕੀਤਾ ਦੂਜੀਆਂ ਪਾਰਟੀਆਂ ਨੇ ਕਿ ਸਾਡੇ ਕੋਲ ਆਜੋ ਅਸੀਂ ਟਿਕਟ ਦੇ ਦੇ ਨਹੀਂ ਬਾਅਦ ਚ ਤਾਂ ਕਿਸੇ ਨੇ ਨਹੀਂ ਕੀਤਾ ਕਿਉਂਕਿ ਮੇਰੇ ਸਾਡੀ ਪਾਰਟੀ ਜਿਹੜੀ ਹੈ ਉਹ ਤਕਰੀਬਨ ਇੱਕ ਬੰਦਾ ਤਾਂ ਉੱਥੇ ਮਤਲਬ ਫੈਸਲੇ ਕਰ ਲੈਣੀ ਹੈ ਠੀਕ ਹੈ ਹਾਂ ਜੀ ਅ ਪੂਰਾ ਹਾਈ ਕਮਾਂਡ ਫੈਸਲੇ ਕਰਦਾ ਉਹਨਾਂ ਦੀ ਕਦੋਂ ਸਲਾਹ ਬਣਦੀ ਹੈ ਉਹਨਾਂ ਦੇ ਕਦੋਂ ਫੈਸਲੇ ਇੱਕ ਲਖਤ ਹੁੰਦੇ ਨੇ ਹੁੰਦੇ ਨੇ ਵੀ ਅੱਜ ਫੈਸਲਾ ਕਰਨਾ ਹੈ ਇਸ ਕਰਕੇ ਫੈਸਲਾ ਥੋੜੀ ਦੇਰ ਬਾਅਦ ਹੋਇਆ ਲੇਕਿਨ ਉਸ ਤੋਂ ਪਹਿਲਾਂ ਜਦੋਂ ਇਲੈਕਸ਼ਨ ਅਨਾਉਂਸ ਹੋਏ ਉਹਨੂੰ ਮੇਰੇ ਮੈਨੂੰ ਅਪਰੋਚ ਕੀਤਾ ਗਿਆ ਸੀਗਾ ਤੇ ਮੈਂ ਹੱਥ ਬੰਨ ਦਿੱਤੇ ਪਾ ਸੋਰੀ ਕੋਈ ਆਫਰ ਵੀ ਨਾਲ ਹੁੰਦਾ ਹੈ ਅਪਰੋਚ ਕਿਵੇਂ ਹੁੰਦਾ ਲੋਕ ਜਾਣਨਾ ਚਾਹੁੰਦੇ ਨੇ ਅਪਰੋਚ ਕੋਈ ਫੋਨ ਕਰਕੇ ਕਹਿੰਦਾ ਕਿ ਸਾਡੇ ਵਾਲੇ ਪਾਸੇ ਆਜੋ ਜਾਂ ਫਿਰ ਨਾਲ ਕੋਈ ਆਫਰ ਹੁੰਦਾ ਕਿ ਜੇ ਤੁਸੀਂ ਜਿੱਤ ਗਏ ਅਸੀਂ ਸੈਂਟਰ ਚ ਸਰਕਾਰ ਬਣ ਗਈ ਮੰਤਰੀ ਬਣਾ ਦਾਂਗੇ ਸੂਬੇ ਚਾਹ ਦੇ ਦਾਂਗੇ ਉਹ ਦੇ ਦਾਂਗੇ ਕੁਝ ਐਵੇਂ ਵੀ ਹੁੰਦੀ ਹੈ ਅਪਰੋਚ ਮੈਨੂੰ ਡਰ ਸੀ ਕਿ ਲਾਲਚ ਸੀ ਦੇਖੋ ਮੈਂ ਤੁਹਾਨੂੰ ਮੈਂ ਤੁਹਾਨੂੰ ਸਾਫ਼ ਗੱਲ ਦੱਸ ਦਿੰਨਾ ਲਾਲਚ ਦਿੱਤਾ ਮੈਨੂੰ ਲਾਲਚ ਹੈ ਨਹੀਂ ਹਾਂਜੀ ਇਸ ਕਰਕੇ ਮੈਨੂੰ ਕੋਈ ਜ਼ਰੂਰਤ ਨਹੀਂ ਆ ਲਾਲਚ ਦੇ ਲਾਲਚ ਕਰਕੇ ਮੈਂ ਕਿਸੇ ਪਾਰਟੀ ਜਾਮਾ ਮੈਂ ਜਿੱਥੇ ਬੈਠਾ ਅਸਲ ਗੱਲ ਇਹ ਹੈ ਚੇਅਰਮੈਨੀਆਂ ਹਮ ਕੁਰਸੀਆਂ ਲੈਣੀਆਂ ਮੈਨੂੰ ਕਈ ਵਾਰੀ ਇਹ ਡਰ ਲੱਗਦਾ ਵੀ ਜੇ ਕੁਰਸੀ ਦਾ ਪਾਵਾ ਕਿਸੇ ਨੇ ਖਿੱਚ ਲਿਆ ਤਾਂ ਕੂੜੀਆਂ ਫੁੱਟਣਗੀਆਂ ਹਮ ਬੁਝੇ ਬੈਠੇ ਆ ਬੜੇ ਆਨੰਦ ਨਾਲ ਬੈਠੇ ਗਿਰਨ ਦਾ ਖਤਰਾ ਹੀ ਨਹੀਂ ਹੈ ਖਤਰਾ ਹੀ ਨਹੀਂ ਹੈ ਅੱਛਾ ਮੈਂ ਤੁਸੀਂ ਤੁਸੀਂ ਡਰ ਦਾ ਜ਼ਿਕਰ ਕੀਤਾ ਲਾਲਚ ਦਾ ਜ਼ਿਕਰ ਕੀਤਾ ਦੋ ਚੀਜ਼ਾਂ ਦਾ ਮੈਂ ਤੀਜੀ ਚੀਜ਼ ਦਾ ਜ਼ਿਕਰ ਕਰਦਾ ਇੱਕ ਰਿਸ਼ਤੇ ਹੁੰਦੇ ਆ ਯਾਰੀ ਦੋਸਤੀ ਹੁੰਦੀ ਹੈ ਜਾਂ ਇੱਕ ਮੈਂ 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 ਡਾਇਰੈਕਟ ਹੀ ਆ ਜਾਣਾ ਉਸ ਗੱਲ ਤੇ ਕਿ ਸੀਐਮ ਭਗਵੰਤ ਮਾਨ ਹੋਰਾਂ ਦੇ ਨਾਲ ਤੁਹਾਡਾ ਜੋ ਰਿਸ਼ਤਾ ਹੈ ਥੋੜਾ ਜਿਆਦਾ ਤਾਂ ਅਸੀਂ ਸਮਝਣਾ ਵੀ ਚਾਹਾਂਗੇ ਕਿ ਉਸ ਰਿਸ਼ਤੇ ਦੇ ਜ਼ਰੀਏ ਵੀ ਅਪਰੋਚ ਹੋਈ ਦੇਖੋ ਦਲੇ ਭਗਵੰਤ ਇੱਕਦਮ ਇੱਕ ਤੋਂ ਛੋਟੇ ਹੂੰ ਦੂਜੇ ਉਹ ਮੇਰੇ ਨਾਲ ਮੇਰੇ ਸਹਾਇਕ ਦੇ ਤੌਰ ਤੇ ਕੰਮ ਕਰਦੇ ਰਹੇ ਨੇ ਸਾਡਾ ਸ਼ੁਰੂਆਤ ਕਿਹਦੇ ਤੁਹਾਡੇ ਤੁਹਾਡੇ ਸਟੇਜ ਤੋਂ ਹੋਈ ਤੁਹਾਡੇ ਤੋਂ ਕੀਤੀ ਸੀ ਹਾਂ ਮੈਂ ਤੁਹਾਨੂੰ ਸ਼ੁਰੂ ਕੀਤੀ ਹੈ ਸ਼ੁਰੂਆਤ ਕੀਤੀ ਹੈ ਹੂੰ ਕਲਾਕਾਰੀ ਦੀ ਹਾਂਜੀ ਮੇਰੇ ਮਤਲਬ ਬਹੁਤ ਅچھے ਸੰਬੰਧ ਨੇ ਪਹਿਲਾਂ ਵੀ ਸੀਗੇ ਹੁਣ ਵੀ ਹੈਗੇ ਨੇ ਰਹਿਣਗੇ ਵੀ ਐਵੇਂ ਨਵੇਂ ਠੀਕ ਪਾਰਟੀ ਦੀ ਸੋਚ ਅਲੱਗਾ ਹੁੰਦੀ ਆ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੈ ਪਾਰਟੀ ਦਾ ਆਪਣਾ ਆਪਣਾ ਨੀਤੀ ਹੈਗੀ ਹੈ ਤੇ ਮੈਨੂੰ ਨੀਤੀਆਂ ਕਾਂਗਰਸ ਦੀਆਂ ਚੰਗੀਆਂ ਲੱਗਦੀਆਂ ਨੇ ਇਸ ਕਰਕੇ ਮੈਂ ਉਸ ਪਾਰਟੀ ਨਾਲ ਜੁੜਿਆ ਹੋਇਆ ਹਾਂ ਜਿੰਦ ਤੱਕ ਭਗਵਨ ਜੀ ਦਾ ਤਲਕ ਹੈ ਉਹ ਬਤੌਰ ਮੁੱਖ ਮੰਤਰੀ ਮੇਰੀ ਉਹ ਉਨੀ ਇੱਜ਼ਤ ਕਰਦੇ ਨੇ ਜਿੰਨੀ ਮੇਰੀ ਪਹਿਲਾਂ ਕਰਦੇ ਸੀਗੇ ਠੀਕ ਹੈ ਹੁਣ ਵੀ ਹਾਂਜੀ ਜਦੋਂ ਉਹਨਾਂ ਦਾ ਜੀ ਕਰਦਾ ਕਦੇ ਫੂਲ ਵੀ ਕਰ ਲੈਂਦੇ ਨੇ ਜਦੋਂ ਜੀ ਕਰਦਾ ਉਹਨਾਂ ਦਾ ਮੈਨੂੰ ਬੁਲਾ ਵੀ ਲੈਂਦੇ ਨੇ ਫੰਕਸ਼ਨ ਤੇ ਮੈਂ ਜਾਇਆ ਉਹਨਾ ਮੈਨੂੰ ਇਹ ਬਹੁਤਾ ਇਹਨਾਂ ਗੱਲਾਂ ਦਾ ਮੈਂ ਬਹੁਤਾ ਖਿਆਲ ਨਹੀਂ ਕਰਦਾ ਤੁਸੀਂ ਤੁਸੀਂ ਜ਼ਿਕਰ ਕੀਤਾ ਕਿ ਸ਼ੁਰੂਆਤ ਵਿਜੇ ਵੀ ਉਸ ਦਾ ਜ਼ਿਕਰ ਕਰ ਰਹੇ ਸੀ ਕੋਈ ਕਿੱਸਾ ਯਾਦ ਹੈ ਕਿ ਜਦੋਂ ਭਗਵੰਤ ਮਾਨ ਤੁਹਾਨੂੰ ਪਹਿਲੀ ਵਾਰ ਮਿਲੇ ਤੁਹਾਡੇ ਨਾਲ ਕੋਈ ਸਟੇਜ ਸਾਂਝੀ ਕੀਤੀ ਕੋਈ ਕਿੱਸਾ ਹੋਵੇ ਜਿਹੜਾ ਭਗਵੰਤ ਮਾਨ ਦਾ ਤੁਹਾਨੂੰ ਯਾਦ ਹੋਵੇ ਨਹੀਂ ਇਹਦੇ ਵਿੱਚ ਕੀ ਹੈ ਮੇਰੀ ਇੱਕ ਕੰਪਨੀ ਸੀ ਰਿਕਾਰਡਿੰਗ ਕੰਪਨੀ ਠੀਕ ਹੈ ਲੁਧਿਆਣੀ ਸੀ ਉਹ ਹਮ ਉਸ ਕੰਪਨੀ ਦਾ ਕੰਮ ਜਿਹਨੂੰ ਮੈਂ ਸੰਭਾਲਿਆ ਹੋਇਆ ਸੀਗਾ ਉਹ ਬੰਦਾ ਇਸ ਇਲਾਕੇ ਦਾ ਸੀਗਾ ਜਿੱਥੋਂ ਦੇ ਇਹ ਹੈਗੇ ਨੇ ਸਗਰੂਰ ਇਲਾਕੇ ਦੇ ਸਗਰੂਰ ਇਲਾਕੇ ਦੇ ਉਹ ਜਾਣਦੇ ਸੀਗੇ ਮੇਰਾ ਕੰਮ ਹੁੰਦਾ ਸੀ ਸਟੇਜ ਦਾ ਠੀਕ ਹੈ ਇਹ ਕਿਉਂਕਿ ਸਕੂਲਾਂ ਚ ਔਰ ਕਾਲਜਾਂ ਦੇ ਵਿੱਚ ਹੈ ਜੀ ਇਹਨਾਂ ਨੇ ਜ਼ਰੂਰ ਪਾਰਟਿਸਪੇਟ ਕੀਤਾ ਹੋਇਆ ਸੀ ਪ੍ਰੋਗਰਾਮ ਠੀਕ ਹੈ ਐਸੇ ਕਰਕੇ ਇਹਨਾਂ ਨੂੰ ਸ਼ੌਕ ਸੀਗਾ ਹਾਂ ਜੀ ਉਸ ਬੰਦੇ ਨੇ ਮੈਨੂੰ ਇਹਨਾਂ ਨੂੰ ਮਿਲਾਇਆ ਜਿਸ ਦਿਨ ਮੈਂ ਪਹਿਲੇ ਦਿਨ ਇਹਨਾਂ ਨੂੰ ਸਟੇਜ ਤੇ ਸੁਣਿਆ ਉਸੇ ਦਿਨ ਮੇਰੇ ਮਨ ਚ ਬਸ ਗਿਆ ਬੀ ਟੈਲੈਂਟਡ ਬੱਚਾ ਹੈ ਬਹੁਤ ਅੱਛਾ ਹੈ ਔਰ ਅੱਗੇ ਜਾਊਗਾ ਅਸੀਂ 1 ਸਾਲ ਇਕੱਠੇ ਰਹੇ ਹਾਂ ਠੀਕ ਹੈ ਹੈ ਜੀ ਫਿਰ ਟੁੱਟ ਗਿਆ ਹੋਗਾ ਇਹ ਟੁੱਟੇ ਨਹੀਂ 1 ਸਾਲ ਬਾਅਦ ਨਾ 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 ਟੁੱਟੀ ਨਹੀਂ ਹੈ ਮੈਂ ਇਹਨਾਂ ਦਾ ਟੈਲੈਂਟ ਦੇਖ ਕੇ ਮੈਂ ਆਪਣੇ ਆਪ ਹੀ ਕਹਿ ਦਿੰਦਾ ਕਿ ਭਗਵੰਤ ਮੈਂ ਬਹੁਤ ਥੋੜੇ ਪੈਸੇ ਲੈਣਾ ਤੇਰੇ ਜੀ ਟੈਲੈਂਟ ਐਨਾ ਹੈ ਕਿ ਮੈਂ ਤੇਰੇ ਤੇਰੀ ਫੀਸ ਨਹੀਂ ਲੈ ਨਹੀਂ ਸਕਦਾ ਆਪਣਾ ਗਰੁੱਪ ਬਣਾ ਲੈ ਪਰਮਾਤਮਾ ਕਰੇ ਤੂੰ ਹੋਰ ਤਰੱਕੀ ਕਰੇ ਤੁਸੀਂ ਸਟੇਜ ਤੇ ਕਿੰਨੇ ਪੈਸੇ ਦਿੰਦੇ ਸੀ ਭਗਵੰਤ ਮਾਨ ਨੂੰ ਕੁਝ ਯਾਦ ਹੈ ਚਲੋ ਮੇਰੀ ਗੱਲ ਛਡੋ ਉਹ ਖੁਦ ਵੀ ਦੱਸ ਸਕਦੇ ਨੇ ਮੈਂ ਮੇਰੇ ਮੂੰਹ ਚੰਨਾ ਨਹੀਂ ਲੱਗਦਾ ਅੱਛਾ ਨਹੀਂ ਚਲੋ ਫਿਰ ਵੀ ਲੋਕਾਂ ਦਾ ਅੱਛਾ ਨਹੀਂ ਲੱਗਦਾ ਮੈਨੂੰ ਇੰਨਾ ਪਤਾ ਹੈ ਕਿ ਮੇਰੇ ਘਰੇ ਉਹ ਠਹਿਰਦੇ ਸੀਗੇ ਮੇਰੇ ਘਰੇ ਉਹ ਰੋਟੀ ਖਾਂਦੇ ਸੀਗੇ ਮੇਰੀਆਂ ਗੁੱਡੀਆਂ ਦੇ ਨਾਲ ਉਹਨਾਂ ਦਾ ਬਹੁਤ ਪਿਆਰ ਸੀ ਹੈ ਨਹੀਂ ਤੇ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਇੱਕ ਪਰਿਵਾਰ ਵਾਂਗੂ ਅਸੀਂ ਰਹਿੰਦੇ ਸੀਗੇ ਸੋ ਤੁਹਾਡੇ ਕਹਿੰਦੇ ਉਹਨਾਂ ਨੇ ਗਰੁੱਪ ਬਣਾਇਆ ਮੇਰੇ ਕਹਿਣ ਦੀ ਗਰੁੱਪ ਬਣਾ ਲਿਆ ਹਮ ਅੱਛਾ ਚਲੋ ਮੈਂ ਥੋੜਾ ਹੋਰ ਅੱਗੇ ਮੈਂ ਸਿਆਸਤ ਵਾਲੇ ਪਾਸੇ ਜਿਹੜੇ ਕੈਂਡੀਡੇਟਸ ਇਸ ਸਮੇਂ ਤੁਹਾਨੂੰ ਪੰਜਾਬ ਦੇ ਵਿੱਚ ਕਾਂਗਰਸ ਦੇ ਨਜ਼ਰ ਆ ਰਹੇ ਹਨ ਸਣ ਲੱਗਦਾ ਕਿ ਦਮਦਾਰ ਹੈ ਮੈਂ ਇਸ ਕਰਕੇ ਸਵਾਲ ਕਰ ਰਹੇ ਹਾਂ ਕਿਉਂਕਿ ਕਾਂਗਰਸ ਤੇ ਪੰਜਾਬ ਚ ਦੇਸ਼ ਦੇ ਵਿੱਚ ਇਲਜ਼ਾਮ ਲੱਗਦਾ ਕਿ ਬੜੇ ਖਿੰਡੇ-ਖਿੰਡੇ ਨਜ਼ਰ ਆਉਂਦੀ ਹੈ ਕਾਂਗਰਸ ਪੰਜਾਬ ਦੇ ਵਿੱਚ ਵੀ ਹੁਣ ਤੁਹਾਨੂੰ ਕਿਸੇ ਨੇ ਫੋਨ ਨਹੀਂ ਕੀਤਾ ਤੁਸੀਂ ਪ੍ਰਚਾਰ ਕਰਨ ਨਹੀਂ ਗਏ ਕਿਸੇ ਦੀ ਕੋਈ ਗੱਲ ਹੈ ਕਿਸੇ ਦੀ ਕੋਈ ਗੱਲ ਹੈ ਆਪੋ ਆਪਣੇ ਤੁਸੀਂ ਕਹਿ ਸਕਦੇ ਹੋ ਡੀ ਦੇ ਵਿੱਚ ਖੇਡ ਰਹੇ ਨੇ ਸਾਰੇ ਬੇਨਤੀ ਹੈ ਫੋਨ ਮੈਨੂੰ ਪ੍ਰਧਾਨ ਜੀ ਦਾ ਵੀ ਆਇਆ ਹੂੰ ਫੋਨ ਮੈਨੂੰ ਸਾਡੇ ਲੀਡਰਾਂ ਦਾ ਵੀ ਆਇਆ ਗਾਈ ਤੁਸੀਂ ਫੇਰ ਨਹੀਂ ਨਹੀਂ ਮੈਂ ਉਹਨਾਂ ਲਈ ਕੋਈ ਗੱਲ ਕਹੀ ਹੈ ਇਹ ਮੇਰੇ ਹੱਥ ਦੇ ਵਿੱਚ ਕੋਈ ਕਾਗਜ਼ ਦੇ ਦਿਓ ਕਿਉਂਕਿ ਮੈਨੂੰ ਲੋਕਾਂ ਨੇ ਸਵਾਲ ਕਰਨਾ ਵੀ ਤੇਰੀ ਟਿਕਟ ਕਿੱਧਰ ਨੂੰ ਗਈ ਮੈਂ ਕਹੂੰਗਾ ਪਾਰਟੀ ਨੇ ਮੇਰੀ ਆ ਡਿਊਟੀ ਲਈ ਆ ਮੈਂ ਇਹ ਕਰਨਾ ਆ ਮੇਰੇ ਕੋਲ ਕੋਈ ਜਵਾਬ ਤਾਂ ਹੋਊਗਾ ਨਾ ਹਾਂਜੀ ਇਸ ਕਰਕੇ ਮੈਂ ਨਹੀਂ ਆ ਮਤਲਬ ਤੁਹਾਨੂੰ ਸਟਾਰ ਪ੍ਰਚਾਰਕ ਬਣਾ ਦਿੱਤਾ ਜਾਵੇ ਤੁਸੀਂ ਇੱਕ ਸਟਾਰ ਨਾ ਲਿਖਣ ਕੱਲਾ ਪ੍ਰਚਾਰਕ ਪ੍ਰਚਾਰਕ ਜਿਸ ਸਮਾਂ ਸਟਾਰ ਤਾਂ ਮੈਨੂੰ ਰੱਬ ਨੇ ਲੋਕਾਂ ਨੇ ਬਣਾਇਆ ਹੋਇਆ ਹੈ ਜੀ ਲੋਕਾਂ ਨੇ ਜੇ ਮੈਨੂੰ ਸਟਾਰ ਬਣਾਇਆ ਹੋਇਆ ਤਾਂ ਹੀ ਮੈਂ ਇੱਥੇ ਤੱਕ ਪਹੁੰਚਿਆ ਹਾਂ ਹੂੰ ਨੀ ਮੇਰੇ ਮਨ ਕਾ ਗਰੀਬਨ ਇਹ ਕਾਂਗਰਸ ਦਾ ਨੁਕਸਾਨ ਹੋ ਰਿਹਾ ਹੈ ਲੈਟਰ ਲਿਖਣ ਨੂੰ ਟਾਈਮ ਨਹੀਂ ਲੱਗਦਾ ਪਰ ਤੁਹਾਡੇ ਪ੍ਰਚਾਰ ਦੀ ਵਜ੍ਹਾ ਦੇ ਨਾਲ ਮਤਲਬ ਕਿ ਸਮੇਂ ਤੇ ਡਿਸੀਜਨ ਨਹੀਂ ਲੈਂਦੇ ਇਹ ਸਮਝਦੇ ਹੋ ਕਾਂਗਰਸ ਦੇ ਦੇਖੋ ਇਹ ਉਹਨਾਂ ਦੀ ਆਪਣੀ ਸੋਚ ਹੈ ਉਹਨਾਂ ਦੀ ਆਪਣੀ ਮਰਜ਼ੀ ਹੈ ਮੈਂ ਉਹਨਾਂ ਨੂੰ ਨਾ ਤਾਂ ਕੋਈ ਰਾਹ ਦੇ ਸਕਦਾ ਹੈ ਜੀ ਤੇ ਨਾ ਹੀ ਮੈਂ ਇਹ ਕਹ ਸਕਦਾ ਕਿ ਉਹ ਗਲਤ ਕਰ ਰਹੇ ਨੇ ਉਤਰ ਉਹਨਾਂ ਦੀ ਮਰਜ਼ੀ ਹੈ ਨਹੀਂ ਫਿਰ ਠੀਕ ਮੰਨਦੇ ਹੋ ਕਿ ਠੀਕ ਹੋ ਰਿਹਾ ਨਹੀਂ ਦੇਖੋ ਇਹ ਉਹ ਜਾਣਦੇ ਨੇ ਉਹ ਠੀਕ ਕਰ ਰਹੇ ਨੇ ਕਿ ਗਲਤ ਕਰ ਰਹੇ ਨੇ ਹੈ ਜੀ ਮੈਂ ਮੈਂ ਕਹ ਵੀ ਪਿਆਰਾ ਅੱਛਾ ਤੁਸੀਂ ਕਾਂਗਰਸ ਦੇ ਅੰਦਰੋਂ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਕਿ ਪੰਜਾਬ ਕਾਂਗਰਸ ਦੇ ਵਿੱਚ ਮੈਂ 4-5 ਨਾਮ ਲੈਣਾ ਹੈ ਰਾਜਾ ਵਰਿੰਗ ਪ੍ਰਤਾਪ ਬਾਜਵਾ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਇਹ 4-5 ਵੱਡੇ ਨਾਮ ਹੈਗੇ ਨੇ ਇਹ ਇਕੱਠੇ ਹੈਗੇ ਨੇ ਇੱਕ ਮੁਟ ਤੋਂ ਨਜ਼ਰ ਆਉਂਦੇ ਨੇ ਕਿ ਹਾਂ ਇਹ ਪੂਰੀ ਤਾਕਤ ਦੇ ਨਾਲ ਇਕੱਠੇ ਹੋ ਕੇ ਲੜ ਰਹੇ ਨੇ ਜਾਂ ਨਹੀਂ ਇਹ ਜਿਹੜਾ ਸਵਾਲ ਤੁਸੀਂ ਮੈਨੂੰ ਕੀਤਾ ਨਾ ਜੀ ਚੰਗੀ ਗੱਲ ਸੀ ਜੇ ਉਹਨਾਂ ਨੂੰ ਕਰੋ ਉਹਨਾਂ ਨੂੰ ਵੀ ਕਿਤਾ ਸੀ ਫਿਰ ਇਹ ਇੱਕ ਵਰਕਰ ਇੱਕ ਪੀਕ ਪਾਰਟੀ ਦਾ ਆਗੂ ਕੀ ਸੋਚ ਰਿਹਾ ਉਹਨਾਂ ਤੱਕ ਵੀ ਪਹੁੰਚ ਜਾਣਾ ਕੀ ਜਵਾਬ ਤੁਹਾਨੂੰ ਮਿਲ ਗਿਆ ਹੋਊਗਾ ਇਸੇ ਸਵਾਲ ਮੈਂ ਤੋਕੇ ਪੁੱਛਦੀ ਹੂੰ ਦੇਖੋ ਮੈਂ ਕਿਹਦਾ ਦਿਲ ਦੀ ਨਹੀਂ ਜਾਣਦਾ ਨਹੀਂ ਨਹੀਂ ਦਿਲ ਦੀ ਨਹੀਂ ਦੇਖੋ ਇੱਕ ਜਿਹੜਾ ਵਰਕਰ ਤੁਹਾਡੀ ਵੀ ਹਲਕੇ ਦਾ ਤੁਹਾਡੇ ਪਾਰਲੀਮੈਂਟ ਹਲਕੇ ਦਾ ਹੋਏਗਾ ਜਿਹੜਾ ਤੁਹਾਨੂੰ ਫੋਲੋ ਕਰਦਾ ਹੈ ਜਾਂ ਤੁਹਾਡੇ ਨਾਲ ਖੜਦਾ ਹੈ ਉਹ ਇੱਕ ਰਾਏਤਾ ਬਣਾਉਂਦਾ ਹੈ ਨਾ ਕਿ ਜਦੋਂ ਇੱਕ ਪੂਰੀ ਪਿਕਚਰ ਕ੍ਰੀਏਟ ਹੁੰਦੀ ਹੈ ਪੰਜਾਬ ਕਾਂਗਰਸ ਨੂੰ ਲੈ ਕੇ ਤਾਂ ਉਹਦੇ ਜ਼ਹਿਨ ਦੇ ਵਿੱਚ ਕੀ ਆ ਰਿਹਾ ਮੈਂ ਤਾਂ ਉਹ ਜਾਨਣਾ ਚਾਹੁੰਦਾ ਕਿ ਤੁਹਾਨੂੰ ਲੱਗਦਾ ਕਿ ਇਸ ਤੋਂ ਬੈਟਰ ਹੋ ਸਕਦਾ ਹੈ ਕਿ ਸਾਰੇ ਇਕੱਠੇ ਆਉਣ ਹੋਰ ਵੀ ਬਹੁਤ ਸਾਰੇ ਨਾਮ ਹੈਗੇ ਨੇ ਜਿਹੜੇ ਕਾਂਗਰਸ ਦੇ ਅੰਦਰ ਹੈਗੇ ਨੇ ਕਿ ਉਸ ਤਰੀਕੇ ਨਾਲ ਇਕੱਠੇ ਆਣ ਇਕੱਠੇ ਆ ਕੇ ਪ੍ਰਚਾਰ ਕਰਨ ਇਕੱਠੇ ਦੇਖਣ ਇਕੱਠੇ ਪ੍ਰੈਸ ਕਾਨਫਰੰਸ ਕਰਨ ਇੱਕ ਮਜ਼ਬੂਤ ਮੈਸੇਜ ਆਏਗਾ ਕਾਂਗਰਸ ਦੇ ਵਿੱਚ ਪੰਜਾਬ ਦਾ ਤੁਹਾਡੀ ਗੱਲ ਬੜੀ ਅੱਛੀ ਹੈ ਮੈਨੂੰ ਵੀ ਚੰਗੀ ਲੱਗੀ ਹੈ ਤੇ ਮੇਰਾ ਖਿਆਲ ਹੈ ਸਾਰੇ ਸੁਣਨ ਵਾਲਿਆਂ ਨੂੰ ਔਰ ਦੇਖਣ ਵਾਲਿਆਂ ਨੂੰ ਵੀ ਚੰਗੀ ਲੱਗੀ ਹੋਣੀ ਹੈ ਇਹ ਉਹਨਾਂ ਦੀ ਆਪਣੀ ਮਰਜ਼ੀ ਹੈ ਉਹ ਕਿਵੇਂ ਚੱਲਦੇ ਨੇ ਹਰ ਬੰਦਾ ਆਪਣਾ ਮੁਫਾਦ ਦੇਖਦਾ ਹਰ ਬੰਦਾ ਆਪਣਾ ਫਾਇਦਾ ਸੋਚਦਾ ਹੈ ਨਿੱਜੀ ਮੁਫਾਦਾਂ ਕਰਕੇ ਪਾਰਟੀ ਦਾ ਨੁਕਸਾਨ ਨਹੀਂ ਮੈਨੂੰ ਇਹ ਮੈਂ ਇਹ ਨਹੀਂ ਕਹਿ ਸਕਦਾ ਨਿੱਜੀ ਮੁਫਾਦ ਪਰ ਹਰ ਬੰਦਾ ਆਪਣਾ ਮੁਫਾਦ ਦੇਖਦਾ ਹੈ ਜੀ ਤੇ ਉਹਦੇ ਨਾਲ ਨੁਕਸਾਨ ਨਹੀਂ ਹੁੰਦਾ ਕਈ ਵਾਰ ادارے ਦਾ ਨੁਕਸਾਨ ਹੁੰਦਾ ਉਸ ਦੇ ਨਾਲ ਜਦੋਂ ਕੋਈ ਆਪਣਾ ਹੀ ਹੀ ਸਿਰਫ ਸੋਚੀ ਜਾਵੇ ਹਾਂ ਫਿਰ ਇਕਤਾ ਦੇ ਵਿੱਚ ਬਰਕਤ ਬਹੁਤ ਹੁੰਦੀ ਹੈ ਇਹ ਤਾਂ ਮੈਂ ਸਮਝਦਾ ਹਮ ਇਕਤਾ ਉਹਦੇ ਉੱਚ ਬਰਕਤ ਹੁੰਦੀ ਹੈ ਔਰ ਇਕਤਾ ਦੇ ਨਾਲ ਹੀ ਹਰ ਬੰਦਾ ਤਰੱਕੀ ਵੀ ਕਰਦਾ ਪਰ ਪਰਿਵਾਰ ਤਰੱਕੀ ਕਰਨ ਲੱਗੇ ਜੇ ਇਕਤਾ ਨਹੀਂ ਹੈ ਇਕਤਾ ਨਹੀਂ ਹੈ ਤੇ ਪਰਿਵਾਰ ਦੇ ਵਿੱਚ ਵੀ ਨੁਕਸਾਨ ਹੋ ਜਾਂਦਾ ਅੱਛਾ ਤੁਹਾਨੂੰ ਮਲਾਲ ਹੈ ਕਿ ਤੁਸੀਂ 10 ਸਾਲ ਇੱਕ ਵਾਰੀ ਐਮਪੀ ਰਹੇ ਇੱਕ ਵਾਰੀ ਐਮਐਲਏ ਰਹੇ ਸੱਤਾ ਵਾਲਾ ਕੰਮ ਦੋਵੇਂ ਵਾਰ ਨਹੀਂ ਸੀ ਨਾ ਸਟੇਟ 'ਚ ਨਾ ਸੈਂਟਰ ਦੇ ਵਿੱਚ ਮਲਾਲ ਹੈ ਇਸ ਚੀਜ਼ ਦਾ ਨਹੀਂ ਐਸੀ ਕੋਈ ਗੱਲ ਨਹੀਂ ਹੈ ਦੇਖੋ ਕਿ ਜਦੋਂ 2017 ਦੇ ਵਿੱਚ ਕਾਂਗਰਸ ਜਿੱਤੀ ਤੁਸੀਂ ਹਾਰ ਗਏ ਜਦੋਂ 12 ਦੇ ਵਿੱਚ ਤੁਸੀਂ ਜਿੱਤੇ ਕਾਂਗਰਸ ਹਾਰ ਗਈ ਜਦੋਂ 19 ਦੇ ਵਿੱਚ ਤੁਸੀਂ ਜਿੱਤੇ ਉਸ ਸਮੇਂ ਦੇਸ਼ 'ਚ ਕਾਂਗਰਸ ਆਰ ਗਈ ਬੜਾ ਖਤਰਨਾਕ ਸਵਾਲ ਹੈ ਤੁਹਾਡਾ ਮਤਲਬ ਜਦੋਂ ਜਦੋਂ ਮੈਂ ਆਇਆ ਉਦੋਂ ਉਦੋਂ ਕਾਂਗਰਸ ਦਾ ਹਾਲ ਬੜਾ ਹੋਇਆ ਬੜੀ ਮਾੜੀ ਗੱਲ ਹੈ ਤਾਂ ਐਸਾ ਤਾਂ ਕੁਝ ਨਹੀਂ ਹੈ ਸਾਡੇ ਮੇਰੇ ਦਿਲ 'ਚ ਹੁੰਦਾ ਨਾ ਕਿ ਜੇ 2017 'ਚ ਤੁਸੀਂ ਦੂਜੀ ਵਾਰ ਐਮਐਲਏ ਜਿੱਤ ਜਾਂਦੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਤੁਹਾਡੇ ਬਹੁਤ ਤਾਲੁਕਤ ਵਧੀਆ ਰਹੇ ਉਹਨਾਂ ਦੇ ਨਾਲ ਮੰਤਰੀ ਬਣ ਜਾਂਦੇ ਇੱਕ ਕਈ ਵਾਰ ਮਲਾਲ ਹੁੰਦਾ ਮੈਂ ਤਾਂ ਇਸ ਕਰਕੇ ਨਹੀਂ ਮੰਤਰੀ ਬਣ ਕੋਈ ਖੰਭ ਥੋੜੀ ਲੱਗ ਜਾਂਦੇ ਨੇ ਕਰ ਲਈ ਨਾ ਸੇਵਾ ਯਾਰ ਹਮ ਜਦੋਂ ਡੀਜੀ ਸਾਹਿਬ ਮੈਂ ਮੇਰੀ ਗੱਲ ਮੰਨ ਲੈਂਦੇ ਨੇ ਫਿਰ ਮੰਤਰੀ ਬਣ ਕੇ ਕੀ ਹੈ ਨਹੀਂ ਮੈਂ 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 ਹੋਰ ਇਹਦੇ ਚ ਐਡ ਆਨ ਕਰ ਦਿੰਨਾ ਹੈ ਰਵਨੀਤ ਬਿੱਟੂ ਨੇ ਪਿਛਲੇ ਦਿਨੀ ਜਦੋਂ ਕਾਂਗਰਸ ਛੱਡੀ ਉਹਨਾਂ ਨੇ ਬਿਆਨ ਦਿੱਤਾ ਕਹਿੰਦੇ ਲੋਕ ਸਾਨੂੰ ਜਿਤਾ ਕੇ ਭੇਜਦੇ ਨੇ ਗਾਂ ਸਾਡੀ ਸਰਕਾਰ ਨਹੀਂ ਬਣਦੀ ਅਸੀਂ ਕੋਈ ਕੰਮ ਨਹੀਂ ਕਰ ਪਾਉਂਦੇ ਮੈਂ ਇਸ ਕਰਕੇ ਬੀਜੇਪੀ ਚ ਆਇਆ ਕਿ ਹੁਣ ਅੱਗੇ ਬੀਜੇਪੀ ਦੀ ਬਣਨੀ ਹੈ ਤੇ ਇਹਦੇ ਨਾਲ ਹੀ ਜੁੜ ਜਾਓ ਮੈਂ ਬਿੱਟੂ ਜੀ ਦਾ ਕਿਉਂ ਹੈ ਤਾਂ ਮੇ ਤੋਂ ਛੋਟੇ ਮੈਂ ਉਹਦਾ ਸਰਕਾਰ ਵੀ ਕਰਦਾ ਪਰ ਮੈਂ ਇਹ ਗੱਲ ਨਹੀਂ ਸਮਝ ਸਕਿਆ ਦੇ ਜੋਤਸ਼ੀ ਕਹਦੇ ਤੋਂ ਬਣੇ ਨੇ ਵੀ ਸਰਕਾਰ ਅਗਲੀ ਉਹਨਾਂ ਦੀ ਹੋਊਗੀ ਹਮ ਮੇਰੇ ਖਿਆਲ ਸਮਝ ਚ ਗੱਲ ਆਈ ਨਹੀਂ ਹੈ ਹਮ ਇਹ ਤਾਂ ਜਨਤਾ ਹੈ ਹਮ ਜਿਹਨੂੰ ਜਾਊਗੀ ਸਰਕਾਰ ਉਹਦੀ ਬਣੂਗੀ ਇੱਕ ਬਿੱਟੂ ਜੀ ਨੂੰ ਕਿਵੇਂ ਪਤਾ ਲੱਗਿਆ ਜਾਂ ਮੈਨੂੰ ਕਿਵੇਂ ਪਤਾ ਲੱਗ ਜੂਗਾ ਹੈ ਜੀ ਇਹ ਜਿਹੜੀਆਂ ਫालतू ਗੱਲਾਂ ਲੈਣਾ ਹਮ ਇਹ ਜੁਮਲੇ ਦੇ ਬਿੱਟੂ ਜੀ ਨੇ ਡਿਸੀਜਨ ਗਲਤ ਲਿਆ ਨਹੀਂ ਇਹ ਉਹੀ ਜਾਣਦੇ ਨੇ ਗਲਤ ਹੈ ਕਿ ਸਹੀ ਹੈ ਹਮ ਜਿਹੜਾ ਮਤਲਬ ਡਿਸੀਜਨ ਲੈਂਦਾ ਹਾਂ ਇਹ ਉਹੀ ਪਤਾ ਹੁੰਦਾ ਮੈਂ ਮਤਲਬ ਤੁਸੀਂ ਤੁਸੀਂ ਵੀ ਇੰਨਾ ਲੰਮਾ ਸਮਾਂ ਕਾਂਗਰਸ ਪਾਰਟੀ ਦਾ ਹਿੱਸਾ ਰਹੇ ਹੋ ਬਾਕੀ ਲੀਡਰ ਤੁਹਾਡੇ ਆਉਂਦੇ ਨੇ ਕਾਂਗਰਸ ਪਾਰਟੀ ਦੇ ਇੱਥੇ ਆਏ ਨੇ ਕਈ ਸਭ ਨੇ ਕਿਹਾ ਕਿ ਜੇ ਬਿਆਨ ਸਿੰਘ ਦੇ ਪਰਿਵਾਰ ਨੂੰ ਕੁਝ ਨਹੀਂ ਦਿੱਤਾ ਕਾਂਗਰਸ ਨੇ ਤਾਂ ਫਿਰ ਕਿਸੇ ਨੂੰ ਵੀ ਕੁਝ ਨਹੀਂ ਦਿੱਤਾ ਜੇ ਬਿੱਟੂ ਇਹ ਗੱਲ ਕਹਿ ਰਹੇ ਨੇ ਕਿ ਸਾਨੂੰ ਕੀ ਦਿੱਤਾ ਕਾਂਗਰਸ ਨੇ ਇਹ ਫਿਰ ਤੁਸੀਂ ਸਮਝਦੇ ਹੋ ਇਹ ਬਿੱਟੂ ਜੀ ਜਾਣਦੇ ਨੇ ਵੀ ਉਹਨਾਂ ਨੂੰ ਕੀ ਨਹੀਂ ਮਿਲਿਆ ਹਾਂ ਕਹਦਾ ਕਿਸ ਦੀ ਜੇ ਫੋਲਦਾ ਨਹੀਂ ਉਹਦੇ ਜੇਮ ਚ ਕੀ ਹੈ ਤੇ ਉਹੀ ਜਾਣਦੇ ਨੇ ਜਿਹੜੇ ਪਾਰਟੀ ਛੱਡ ਕੇ ਗਏ ਨੇ ਮਾਨુભਾਈ ਉਹਨਾਂ ਦੇ ਜਾਣ ਦਾ ਦੁੱਖ ਜ਼ਰੂਰ ਹੈ ਸਾਡੇ ਪਰਿਵਾਰ ਚੋਂ ਇੱਕ ਐਸਾ ਬੰਦਾ ਚਲਾ ਗਿਆ ਜਿਹੜਾ ਤਿੰਨ ਵਾਰੀ ਐਮਪੀ ਬਣਿਆ ਔਰ ਸਰਦਾਰ ਬਿਆਨ ਸਿੰਘ ਜੀ ਦਾ ਪੋਤਾ ਸਰਦਾਰ ਬਿਆਨ ਸਿੰਘ ਜੀ ਜਿਹੜੇ ਦੇਸ਼ ਵਾਸਤੇ ਪੰਜਾਬ ਵਾਸਤੇ ਸ਼ਹੀਦ ਹੋ ਗਏ ਨੇ ਹੈ ਨਹੀਂ ਮੈਂ ਸਮਝਦਾ ਬਈ ਚਲੋ ਸਦੀਕ ਸਾਹਿਬ ਤੁਸੀਂ ਹਰ ਸਵਾਲ ਦੇ ਉੱਤੇ ਇੰਡੀਵਿਜੂਅਲ ਦੀ رائے کہہ ਰਹੇ ਹੋ ਪਰ ਸਿਆਸਤਦਾਨਾਂ ਦੇ ਲਈ ਇਹ ਨਹੀਂ ਕਿਹਾ ਜਾਂਦਾ ਕਿ ਕਈ ਵਾਰ ਖੁੱਲ ਕੇ ਗੱਲ ਕਰਨੀ ਵੀ ਚਾਹੀਦੀ ਹੈ ਨਹੀਂ ਮੈਂ ਖੁੱਲ ਕੇ ਗੱਲ ਕਰ ਰਿਹਾ ਨਹੀਂ ਤੁਸੀਂ ਜਦੋਂ ਮੈਂ ਕਾਂਗਰਸ ਨੂੰ ਲੈ ਕੇ ਸਵਾਲ ਕਰਾਂ